ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹ। ਅੱਲਾਹ ਤਾਲਾ ਦੀ ਰਹਿਮਤ ਕਰਮ ਫਜ਼ਲ ਸ਼ੁਕਰ ਦੇ ਨਾਲ ਆਪਣਾ ਅੱਜ ਦਾ ਵਲੌਗ ਸ਼ੁਰੂ ਕਰੀਏ ਜੀ। ਅੱਲਾ ਬਈ ਨੀ ਅਜੇ ਤਾਂ ਸ਼ੁਰੂ ਕਰਨ ਡਿਆ। ਆਸ਼ਾ ਕਹਿੰਦੀ ਅੱਲਾ ਪੀ, ਮੈਂ ਅੱਲਾ ਬਈ ਨੀ ਅਜੇ ਤਾਂ ਸ਼ੁਰੂ ਕਰਨ ਡਿਆ, ਕੰਮ ਦਾ ਟਾਈਮ ਹੋ ਗਿਆ ਦੋਸਤੋ, ਚੱਲੇ ਹਾਂ ਜੀ ਬਿਸਮਿਲਲਾ ਪੜ੍ਹ ਕੇ ਕੰਮ 'ਤੇ। ਹਾਲਾਂਕਿ ਆ ਚੈਨਲ ਦੀ ਜੁੱਤੀ 'ਚ ਨਾ ਸੇਕ ਲੱਗਦਾ, ਲੇਕਿਨ ਮੈਂ ਨਾ ਉਹਦੇ ਵਿੱਚ ਇਹ ਵੇ ਕਿ ਪੈਰ ਜਿਹੜਾ ਨਾ ਖੁੱਲ੍ਹਾ ਖੁੱਲ੍ਹਾ ਰਹਿੰਦਾ, ਅਤੇ ਇਹਦੇ ਵਿੱਚ ਪੈਰ ਬੜਾ ਘੁੱਟਿਆ ਘੁੱਟਿਆ ਰਹਿੰਦਾ, ਅਤੇ ਇਸ ਤੋਂ ਕੰਮ 'ਤੇ ਇੰਝ ਲੱਗਦਾ ਜਿੱਦਾਂ ਬੰਦਾ ਕੈਦ ਜਿਹਾ ਹੋਇਆ। ਮੈਂ ਕਿਹਾ ਚਲੋ ਅੱਜ ਆ ਜੁੱਤੀ ਪਾ ਕੇ ਜਾਂਦੇ ਹਾਂ ਕੰਮ 'ਤੇ, ਕਿੱਦਾਂ ਦਾ ਸੂਰਤ ਹਾਲ ਰਹਿੰਦਾ ਫਿਰ ਦੇਖਦੇ ਹਾਂ। ਚਲੋ ਚਲੀਏ ਬਿਸਮਿਲ੍ਲਾ ਪੜ੍ਹ ਕੇ, ਅੱਜ ਮੈਂ ਤੁਰ ਕੇ ਹੀ ਜਾਣਾ। ਉਹਦੀ ਵਜ੍ਹਾ ਕੀ ਹੈ ਭਾਈ? ਜ਼ਮਾਨ ਮੇਰਾ ਮੋਟਰਸਾਈਕਲ ਆ ਗਿਆ ਸੀ, ਅਤੇ ਵੇਖਣਾ ਉੱਧਰ ਅੱਬੂ ਕਿਆਲ ਦੇ ਘਰ ਨਹੀਂ ਖਲੋਤਾ ਮੈਂ, ਕਿਉਂਕਿ ਦੁੱਧ ਲੈਣ ਗਿਆ ਨਾ, ਮੈਨੂੰ ਆਉਂਦਾ ਪੁਰਾਣੇ ਮੇਰੇ ਬੇਲੀ ਦੇ ਹਾਲ ਖਲੋਤੇ ਅਤੇ ਉੱਧਰੋਂ ਮੋਟਰਸਾਈਕਲ ਲੈ ਲੈ, ਚੱਲਦੇ ਹਾਂ ਉਹਨਾਂ ਦੇ ਘਰ, ਉੱਧਰੋਂ ਮੋਟਰਸਾਈਕਲ ਲੈ ਕੇ ਫਿਰ ਕੰਮ 'ਤੇ ਨਿਕਲ ਜਾਵਾਂਗੇ। ਤੂੰ ਮੇਰੇ ਮਗਰ ਮਗਰ ਕਿੱਧਰ ਆਉਣ ਡਿਆ? ਮੈਂ ਤਾਂ ਕੰਮ 'ਤੇ ਚੱਲਾਂ। ਚੰਗਾ, ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ, ਬਾਏ 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 ਕਰ, ਅੱਲਾ ਹਾਫਿਜ਼ ਕਰ, ਕਿੱਦਾਂ ਕਿੱਦਾਂ ਪਾਪਾ ਨੂੰ ਕਰਨਾ, ਅੱਲਾ ਹਾਫਿਜ਼। ਜੇ ਆ ਗਿਆ ਜੀ ਆਪਣਾ ਮੋਟਰਸਾਈਕਲ, ਮਾਸ਼ਾਅੱਲਾ, ਚਾਬੀ ਦੀ ਫਿਰ ਕੋਲੀ ਛੱਡ ਦਿਓ। ਬਿਸਮਿਲਲਾਹਿਰਰਹਿਮਾਨਿਰਰਹੀਮ। ਅਸੀਂ ਕੱਲੇ ਕੱਲੇ ਰਹਿ ਗਏ ਹਾਂ, ਬਾਜੀ ਤੇ ਰੱਖੀ ਬਾਜੀ ਤੇ ਲਈ, ਅਸੀਂ ਹਾਰ ਗਏ ਤੇ ਰਹਿ ਗਏ ਹਾਂ। ਵੱਡਾ ਕੱਪ ਹੁਣ ਚਾਹ ਦਾ ਉਹਨੂੰ ਮਿਲ ਗਿਆ, ਤੇ ਬਾਜੀ ਉਹਨੇ ਜਿੱਤ ਲਈ ਰਕੀਬਾਂ ਨੇ। ਜਨਾਬ ਮੇਰੀ ਚਾਹ 'ਤੇ ਬੈਠੇ ਚਾਹ ਪੀਣ ਲੱਗੇ ਹਾਂ ਜਨਾਬ, ਟਾਈਮ ਹੋ ਗਿਆ ਇਸ ਟਾਈਮ ਸਾਡੇ ਕੋਲ 11:06, ਮੈਂ ਤਾਂ ਲਾਉਣ ਡਿਆ ਧਾਰਾਂ, ਉਹ ਸਾਰੀਆਂ ਤੁਹਾਨੂੰ ਦਿਖਾਉਂਦੇ ਬਾਅਦ 'ਚ ਇੱਕਦਮ। ਆ ਜਿਹੜੇ ਪਿੱਲਰਾਂ ਦੀਆਂ ਧਾਰਾਂ ਕੱਲ੍ਹ ਛੱਡੀਆਂ ਸਨ, ਅਤੇ ਅਰਸ਼ਦ ਅਤੇ ਨਾਲ ਮਲੰਗੀ ਜਿਹੜਾ ਵਿੱਚੋਂ ਮਲੰਗੀ ਸਫਾਈ ਸਫੂਈ ਕਰਨ ਦਿੰਦੇ, ਅਤੇ ਅਰਸ਼ਦ ਵੀ ਉਹ ਉੱਤੋਂ ਜਿਹੜੀ ਸੀੜੀ ਵਗੈਰਾ ਨਾ ਉਹਦੀ ਤੋੜ ਭੰਨ ਸਾਰੀ ਕਰਨ ਦੇ ਨੇ, ਉਹ ਉੱਤੇ ਝਰੀ ਮਰਵਾਈ ਹੈ, ਕਿਉਂਕਿ ਆ ਸੀੜੀ ਤੋੜ ਕੇ ਅਤੇ ਉੱਤੇ ਸਾਰੇ ਟੀਅਰ ਟਾਇਲ ਪਾ ਕੇ ਉੱਤੋਂ ਛੱਤ ਮੁਕੰਮਲ ਕਰ ਦੇਣੀ ਨਾ, ਅਤੇ ਇਸ ਤੋਂ ਸੀੜੀ ਦੇ ਉੱਤੇ ਜਿੰਨਾ ਵੀ ਮਲਬਾ ਇਹਨਾਂ ਤੋੜਿਆ ਸੀ ਉਹ ਸਾਰਾ ਚੁੱਕ ਕੇ ਸੁੱਟ ਦਿੱਤਾ ਨੇ। ਉਹ ਉੱਥੇ ਉਹ ਜਿਹੜਾ ਜਿੱਥੇ ਸਿੱਧੀ ਘੋੜੀ ਦੇ ਵਿੱਚ ਉਹਦੀ ਮੈਂ ਉਂਗਲ ਨਾਲ ਇਸ਼ਾਰਾ ਕਰਨ ਡਿਆ, ਉੱਥੇ ਸੁੱਟਤਾ ਨੇ, ਅਤੇ ਬਕਾਇਆ ਉਧਰਲੇ ਪਾਸੇ ਬਜਰੀ ਪਈ ਸੀ, ਉਹ ਛੱਤ ਚਾੜਨ ਨੇ, ਅਤੇ ਬਸ ਇੱਦਾਂ ਹੀ ਅਸੀਂ ਅੱਜ ਕੰਮ ਨਹੀਂ ਆ ਕਰਨ ਰੌਣਕ ਮੇਲੇ ਦੇ ਨਾਲ, ਤਾਂ ਤੁਹਾਨੂੰ ਸ਼ੇਅਰ ਸੁਣਾਇਆ ਏਡਾ ਟੋਲੀ ਜਿਹਾ। ਉਹ ਟੱਪਾ ਸੱਚ ਹੈ, ਨਸੀਬੋ ਲਾਲ ਦਾ ਟੱਪਾ ਅਤੇ ਅਕਰਮ ਰਾਈ ਦਾ, ਦੋਵੇਂ ਗਾਉਂਦੇ ਹੁੰਦੇ ਨੇ, ਕਿਉਂ ਬਾਈ? ਹੈਲੋ, ਮੈਂ ਕਿਹੜਾ ਸੁਣਿਆ? ਸੁਣ ਤਾਂ ਲਿਆ ਹੀ ਮੇਰੇ ਕੋਲ, ਤੁਹਾਡੇ ਮੂੰਹ ਸੁਣਿਆ, ਉਹਦੇ ਕੋਲ ਨਹੀਂ ਸੁਣਿਆ। ਚੱਲ ਤੈਨੂੰ ਸੁਣਾ ਦਿੰਦੇ ਹਾਂ, ਜਿਹੜੇ ਯੂਟਿਊਬ ਦੇ ਵਿੱਚੋਂ ਕੱਢ ਕੇ ਹੁਣ। ਉਤਲੀ ਉਤਲੀ ਰਹਿ ਗਈ ਬਸ। ਚੀਜ਼ ਵੇਖ ਕੇ ਬੜੀ ਯਾਦ ਪਿਆਰੀ ਲੱਗੀ, ਗਰਮੀਆਂ 'ਚ ਪਰਿੰਦਿਆਂ ਵਾਸਤੇ ਪਾਣੀ ਰੱਖਿਆ, ਲਾਲੜੀਆਂ ਬੈਠੀਆਂ ਪਾਣੀ ਪੀਣ ਲਈ, ਕਿਆ ਬਾਤ ਹੈ। ਫਰਾ ਫਰਮ ਡਰੈਕਟ ਹੀ ਰੇਹੜੀ 'ਤੇ ਖਿਲਾਰ ਕੇ ਤਾਰਾ ਲਾ ਛੱਡੀ ਜੀ। ਉਹ ਪਾਕਿਸਤਾਨੀਓ ਜੀ, ਉਹ ਪਾਕਿਸਤਾਨੀਓ ਜਗਾੜ ਜੀ।
ਜੀ ਮੈਂ ਮਲੰਗੀ, ਇਹ ਸ਼ੁਰੂਆਤ ਸਾਡੇ ਇਸ ਬਾਈ ਨੇ ਕੀਤੀ ਸੀੜੀ ਤੋੜਨੀ, ਲੇਕਿਨ ਹੁਣ ਮਲੰਗੀ ਦੀ ਵਾਰੀ ਆਈ ਖਲੋਤੀ। ਚੱਲ ਚੱਲ ਚੱਲ, ਤੈਨੂੰ ਜਿਹੜੇ ਲਾਈਕ ਚਾਹੀਦੇ ਨੇ ਅਤੇ ਮੈਂ ਤਾਂ ਲੱਗਾ ਵਾ ਇੱਥੇ ਆਹ ਆਪਣੀਆਂ ਵਿੰਡੋਆਂ ਜਿਹੜੀਆਂ ਨੇ ਨਾ ਉਹਨਾਂ ਦਾ ਸਾਈਜ਼ ਇੱਕੋ ਜਿਹਾ ਕਰਨੇ ਆ, ਨਾਲ ਨਾਲ ਇੰਨੀ ਇੰਨੀ ਇੱਟ ਲੱਗਦੀ, ਇਹ ਲਾਉਣ ਡਿਆ ਕੁਛ, ਆਹ ਲਾਉਣ ਡਿਆ ਲਾਈਏ। ਕਾਰੀ ਸਾਹਿਬ ਵੀ ਗਏ ਹਨ ਕਿਤੇ, ਉੱਥੋਂ ਆਏ ਨੇ ਰਾਤੀ ਆਏ। ਸਹੀ, ਕਿੱਥੇ ਕਿਤੇ ਕਿੱਥੇ ਗਏ? ਈਦ ਛੁੱਟੀ ਕਰ। ਅੱਛਾ, ਈਦ ਗਈ ਨੂੰ ਮਹੀਨਾ ਹੋ ਗਿਆ। ਓ ਜ਼ਿੰਦਾਬਾਦ ਜ਼ਿੰਦਾਬਾਦ। ਦੋਸਤੋ, ਅਗਲਾ ਦਿਨ ਚੜ੍ਹ ਗਿਆ ਸੀ ਅਤੇ ਜਨਾਬ ਕੰਮ 'ਤੇ ਪਹੁੰਚ ਆਏ ਸੀ। ਕੰਮ 'ਤੇ ਆਉਣ ਕੇ ਮੈਂ ਤਾਂ ਅੱਜ ਕੀ ਕਰਨ ਡਿਆ, ਕੱਲ੍ਹ ਤਾਂ ਤੁਹਾਨੂੰ ਦੱਸਣ ਲੱਗਾ ਸੀ ਕਿ ਉਹ ਆਪਾਂ ਪਿਲਰਾਂ ਦੀਆਂ ਧਾਰਾਂ ਲਾਉਣ ਡਏ ਹਾਂ ਅਤੇ ਫਿਰ ਜ਼ੋਰ ਦੀ ਅਜ਼ਾਨ ਹੋਣ ਲੱਗ ਪਈ, ਇਸ ਤੋਂ ਫਿਰ ਕੋਈ ਨਹੀਂ ਸੀ ਦੱਸਿਆ। ਫਿਰ ਹਾਫ ਟਾਈਮ ਕਰਨ ਤੋਰ ਗਿਆ, ਹਾਫ ਟਾਈਮ ਤੋਂ ਬਾਅਦ ਆਣ ਕੇ ਉੱਪਰਲੀਆਂ ਧਾਰਾਂ ਲਾਈਆਂ ਸੀ। ਪਿਲਰ ਪਿਲਰ ਸਾਡੇ ਸਾਰੇ ਗਏ ਹਨ ਫੈਨ, ਉਹ ਸਿਰਫ ਔਰ ਸਿਰਫ ਆਹ ਇੱਕ ਨੁੱਕਰ 'ਤੇ ਧਾਰ ਰਹਿ ਗਈ ਸੀ। ਹੈਂ, ਇਹ ਜਿਹੜੀ ਧਾਰ, ਇਹ ਧਾਰ ਜਿਹੜੀ ਉਹ ਲਾਵਾਂਗੇ, ਆਹ ਜਿਹੜੀ ਛੋਟਾ ਜਿਹਾ ਪੀਸ ਹੈ ਨਾ, ਇਹ ਉਤਲੇ ਪਾਸਿਓਂ ਰਹਿੰਦਾ ਪਲਸਤਰ ਹੋਣ ਵਾਲਾ, ਅਤੇ ਇਹ ਵੀ ਬਾਅਦ 'ਚ ਕਰਨੇ ਆ। ਅੱਜ ਜਿਹੜਾ ਅਸੀਂ ਅੱਜ ਕੰਮ ਆਣ ਕੇ ਕਰਨ ਡੇ ਸੀ ਨਾ, ਅਰਸ਼ਦ ਭਾਈ ਨੇ ਲਾਇਆ ਸੀ ਪੌੜੀ, ਅਤੇ ਪੌੜੀ ਢਾਉਣ ਡਿਆ ਸੀ, ਅਤੇ ਮੈਂ ਇੱਧਰਲੇ ਪਾਸੇ ਆਹ ਟੋਟਾ ਬਣਾਇਆ, ਅਤੇ ਉੱਧਰੋਂ ਬਾਅਦ 'ਚ ਜਨਾਬੇ ਵਾਲੀ ਇਹਨੂੰ ਨਾ 5 ਫੁੱਟ ਦੀ ਵਿੰਡੋ ਛੱਡੀ ਮਿਣ ਕੇ, ਇੱਥੋਂ ਇੱਧਰਲੇ ਪਾਸੇ ਤਕਰੀਬਨ 8 ਇੰਚ ਦਾ ਪੀਸ ਲੱਗਦੇ ਹਨ, ਉਹ ਮੈਂ ਲਾ ਤੇ। ਉਸ ਤੋਂ ਬਾਅਦ ਇਹ ਵੀ ਟੋਟਾ ਲਾ ਤਾ, ਇਹ ਪਹਿਲੋਂ ਦਾ ਲੱਗਾ ਸੀ, ਇਹਦਾ ਵੀ ਲਾਇਆ ਇਸ ਸੇਮ ਤਰ੍ਹਾਂ। ਆ ਚਗਾਰ ਦੇ ਉੱਤੇ ਸਾਨੂੰ ਵਾਰ ਲੱਗਣ ਵਾਲੇ, ਇਹ ਲਾਏ। ਉਸ ਤੋਂ ਬਾਅਦ ਉੱਧਰਲੇ ਪੀਸ ਲਾਇਆ, ਦੇਖਦੇ ਆ, ਇੱਕ ਇੱਟ ਸੇਰੂ ਦੀ ਅਤੇ ਨਾਲ ਨਾ ਡੇਲੀ ਮਤਲਬ 7-8 ਇੰਚ ਪਮਾਇਸ਼ ਬਣਦੀ ਹੈ ਵਿੰਡੋ, 5 ਫੁੱਟ ਦੀ ਵਿੰਡੋ ਛੱਡ ਕੇ, ਠੀਕ ਹੈ। ਇੱਧਰਲੇ ਆਹ ਚੀਜ਼ਾਂ ਸਾਰੀਆਂ ਮੈਂ ਇਹ ਕਰਦਾ ਰਿਹਾ, ਇਹ ਸਾਰੇ ਜਦੋਂ ਮੈਂ ਚੁਣਾਈ ਚੁਣਾਈ ਇੱਟਾਂ ਉੱਟਾਂ ਸਾਰੀਆਂ ਲੱਗ ਗਈਆਂ। ਉਸ ਤੋਂ ਬਾਅਦ ਮੈਂ ਇਹਨੂੰ ਪਲਸਤਰ ਕਰਨ ਲੱਗ ਪਿਆ, ਇੱਕ ਅਤੇ ਦੋ ਖਾਨਿਆਂ ਨੂੰ ਪਲਸਤਰ ਕੀਤਾ, ਧਾਰਾਂ ਲਗਾਈਆਂ। ਇੱਧਰਲੇ ਪਾਸੇ ਆਪਣੀ ਸੀੜੀ ਵੀ ਕੁਛ ਇਸ ਤਰ੍ਹਾਂ ਦੀ ਨਜ਼ਰ ਆਉਣ ਡਈ ਹੁਣ, ਯਾਨੀ ਕਿ ਸਾਰੀ ਇਹਦੀ ਤੋੜਾਈ ਤੁੜਾਈ ਹੋ ਗਈ ਹੈ ਅਲਹਮਦੁਲਿਲਾ। ਅਤੇ ਇੱਕ ਤੱਕ ਸਾਰੀ ਆ ਸਲੈਬ ਜਿਹੜੀ ਸੀ ਟੁੱਟ ਗਈ ਹੈ, ਆਹ ਰਹਿ ਗਿਆ ਸਿਰਫ ਔਰ ਸਿਰਫ ਚੈਕਾ, ਜਿਹੜਾ ਸੀੜੀ ਦਾ ਚੈਕਾ ਹੁੰਦਾ ਨਾ ਉਹ ਰਹਿ ਗਿਆ, ਅਤੇ ਮਲਬਾ ਮੁਲਬਾ ਸਾਰਾ ਚੁੱਕਣ ਦੇ ਚੁੱਕ ਕੇ ਅਤੇ ਉਹ ਉੱਥੇ ਢੇਰੀ ਲਾਉਣ ਦੇ, ਵੇਖਦੇ ਕਿੰਨਾ ਮਲਬਾ ਇਕੱਠਾ ਹੋਇਆ। ਅੱਜ ਫਿਰ ਸੇਮ ਉਹੀ ਟਾਈਮ ਹੋ ਗਿਆ, 1 ਵੱਜ ਗਿਆ, ਅਸੀਂ ਚੱਲੇ ਹਾਂ ਖਾਣਾ ਖਾਣ ਵਾਸਤੇ। ਉਹ ਚਲੋ ਚੱਲੀਏ ਚੱਲੀਏ ਰੋਟੀ ਖਾਣ, ਚਲੋ ਚੱਲੇ ਰੋਟੀ ਖਾਣ। ਆ ਤਾਂ ਮੋਟਰਸਾਈਕਲ ਖਲੋਤਾ ਧੁੱਪੇ,
ਅਤੇ ਇਹਨੂੰ ਯਾਰ ਛਾਵੇਂ ਕਰੀਏ 2 ਮਿੰਟ, ਉਹਨਾਂ 'ਚ ਕਰੇ ਵੀ ਠੰਡਾ ਹੋ ਜਾਏਗਾ। ਗੱਡੀ ਦਾ ਗੇਅਰ ਕੱਢ ਲਾ ਆਪਾਂ, ਚਲੋ ਗੇਅਰ ਨਿਕਲ ਗਿਆ ਅਤੇ ਛਾਵੇਂ ਮਾਰ ਲਈਏ 2 ਮਿੰਟ, ਸੀਟਾਂ ਸੂਟਾਂ ਠੰਡੀਆਂ ਹੋ ਜਾਂਦੀਆਂ, ਨਹੀਂ ਤਾਂ ਉੱਤੇ ਬੈਠਿਆ ਸਾਰੀ ਇਹਨੇ ਤਾਂ ਦੱਸ। ਸਾਫੇ ਦੇ ਨਾਲ ਬੁੱਗਾ ਸਾਫ਼ ਕਰ, ਗੰਦਾ ਨਾ ਰੋਟੀ ਖਾ ਕੇ ਹੱਥ ਧੋ ਗਿਆ ਬੁੱਗਾ ਧੋ ਗਿਆ। ਉਹ ਕਿਹਦਾ ਮੈਸੇਜ ਆਇਆ, ਆ ਵੇਖੋ ਜੀ ਮੇਰੀ ਕੰਮੋ। ਹੋਰ ਸੁਣਾ ਵੀ ਆਸ਼ਾ, ਕੌਣ ਹੈ, ਕੌਣ ਹੈ, ਕੌਣ 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 ਕੌਣ। ਅੱਛਾ ਪਾਣੀ 'ਚ ਦੇ ਦੇ ਪਾਪਾ ਨੂੰ, ਇੱਕ ਪਾਣੀ ਨਹੀਂ ਦੇਣੀ, ਐਸੇ ਆਹ ਦੇ, ਐਸੇ ਆਏ ਤੂੰ ਵੀ ਦੇ। ਕਾਂਗੜੀ ਬਣਵਾ, ਕਾਂਗੜੀ ਬਣਵਾ। ਹਾਂਜੀ ਦੋਸਤੋ, ਆ ਗਈ ਸਾਡੀ ਚਾਏ ਅਤੇ ਚਾਏ ਪੀਣ ਲੱਗੇ ਹਾਂ। ਚਾਹ ਜਿਹੜੀ ਹੈ ਨਾ, ਮੈਂ ਹਾਂ ਬੜੀ ਵਫ਼ਾਦਾਰ ਹੈ ਤੂੰ ਚਾਏ, ਹੈ ਗਰਮੀ 'ਚ ਵੀ ਨਹੀਂ ਪਿੱਛਾ ਛੱਡਦੀ, ਲੇਕਿਨ ਅੱਜ ਪਿੱਛਾ ਛੱਡ ਗਈ ਸੀ, ਬੇਵਫਾ ਨਿਕਲ ਆਈ ਪਹਿਲੇ ਟਾਈਮ। ਚਾਹ ਸਾਡੀ ਆਈ ਕੋ ਨਹੀਂ, ਨਾ ਅਸੀਂ ਲੈਣ ਗਏ, ਨਾ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਾਇਆ, ਬਸ ਇੱਦਾਂ ਹੀ ਲੱਗੇ ਰਹੇ ਕੰਮ 'ਤੇ, ਹੈ ਅਤੇ ਹੁਣ ਆ ਗਈ ਹੈ ਅਤੇ ਹੁਣ ਬੈਠੇ ਪੀਣ ਲੱਗੇ ਹਾਂ। ਦੇਖੋ ਆ ਪੈ ਓਏ, ਉਹ ਠੰਡਾ ਬੁਲਾ ਲਈ ਹੈ ਚਾਹ ਦਿਆ ਨਸ਼ਈਆ, ਉਹ ਠੀਕ ਲਓ, ਉਹ ਵਿਚਾਰੀ ਵੇਖਣ ਲਈ ਤੇਰੇ ਭੂਆ ਲਓ ਆਉਣੇ ਪੈਂਦੀ। ਹਾਂਜੀ ਹਜੇ ਪੀਤੀ ਹੈ ਨਹੀਂ ਤਾਂ ਪਹਿਲਾਂ ਹੀ ਹੋ ਕੇ, ਹਾਂ ਹੁਣ ਹੁਣ ਕਹਿ ਓਕੇ ਇੱਦਾਂ, ਹੁਣ ਕਹਿ ਨਾ ਓਕੇ ਤੇ ਫਿਰ ਪਤਾ ਲੱਗੇ ਤੇਰੇ। ਜਿਵੇਂ ਸਵੇਰ ਦੀ ਤਰਸਣ ਡੇ ਚਾਹ, ਕਿੱਡਾ ਮਜ਼ੇਦਾਰ ਲੱਗੇ ਘੋੜੇ। ਮਾਸ਼ਾਅੱਲਾ ਤਬਾਰਕ ਅੱਲਾ ਜਨਾਬੇ ਵਾਲੀ, ਆਪਣੇ ਸੀੜੀ ਦੇ ਉੱਤੇ ਨਾ ਗਰਿੱਲ ਆਉਣ ਵਾਲੇ ਭਾਈ ਹੋਰੀ ਵੀ ਆ ਗਏ, ਕੋਈ ਥੋੜ੍ਹਾ ਬਹੁਤਾ ਕੰਮ ਇੱਥੇ ਜੋੜਨ ਦੇ ਅਤੇ ਲਾਉਣ ਦੇ। ਅਸੀਂ ਇੱਕ ਹੋਰ ਕੰਮ ਨਹੀਂ ਉੱਤੇ ਚੱਲੇ, ਆ ਜਾਓ ਤੁਹਾਨੂੰ ਅੱਗੇ ਚੜ੍ਹ ਕੇ ਦੱਸਦੇ, ਆ ਗਰੈਂਡਰ ਦੀ ਸਾਨੂੰ ਜ਼ਰੂਰਤ ਹੈ ਉੱਥੇ ਉੱਤੇ। ਉਹ ਮਲੰਗੀ, ਉਹ ਲੰਘਣ ਦੇ ਦੇ ਬਿਮਾਰੀਏ, ਕੰਧਾਂ ਪਾਣੀ ਜਾਂ ਕਿਹੜਾ ਤੇਰਾ ਤਰਾ, ਤੇਰਾ ਤਰਾ ਕਿੱਥੋਂ ਨਿਕਲਿਆ। ਲਓ ਭਾਈ ਜੀ, ਆਪਾਂ ਇੱਥੇ ਪਹੁੰਚ ਆਏ ਹਾਂ ਜਿੱਧਰਲੇ ਪਾਸੇ ਕੱਲ੍ਹ ਟੀਅਰ ਕਟਾਏ ਸੀ ਅਤੇ ਅੱਜ ਆਪਾਂ ਸੀੜੀ ਤੋੜੀ ਸੀ, ਠੀਕ ਹੈ ਨਾ। ਇਹ ਜਿਹੜੇ ਟੀਅਰ ਨੇ ਨਾ, ਇਹਨਾਂ ਦੇ ਮੂੰਹ ਕੱਢੇ ਕਰਨੇ ਨੇ, ਅਤੇ ਇਹ ਗਰੈਂਡਰ ਲਿਆਉਂਦਾ ਬਕਾਇਆ, ਆਹ ਜਿਹੜੇ ਟੀਅਰ ਨੇ ਉੱਤੇ ਰੱਖ ਕੇ ਵੇਖੀ ਜਾਣੇ ਨੇ, ਜਿਹੜਾ ਕੋਈ ਵੱਡਾ ਹੋਇਆ ਉਹਨੂੰ ਕੱਟ ਕੇ ਬਰਾਬਰ ਕਰਕੇ ਸਾਰੇ ਇੱਕੋ ਜਿਹੇ ਕਰਨੇ ਨੇ। ਇਹ ਮੇਰਾ ਕੰਮ ਹੈ ਹੁਣ ਇਸ ਟਾਈਮ, ਅਜੇ ਇਹ ਨਹੀਂ ਕਿ ਬਸ ਇਹੀ ਕੰਮ ਕਰਕੇ ਤੋਂ ਬਾਅਦ ਛੁੱਟੀ, ਨਹੀਂ ਥੱਲੇ ਮਸਾਲਾ ਪਿਆ ਬਣਿਆ ਉਹ ਵੀ ਹਜੇ ਮੁਕਾਉਣਾ। ਅਸੀਂ ਜਨਾਬੇ ਵਾਲੀ ਹਫ਼ਤਿਆਂ ਤੋਂ ਬਾਅਦ ਧਿਆਨ ਕੇ ਪਲਸਤਰ ਨੂੰ ਲੱਗੇ, ਇਹਨਾਂ ਆ ਜਿਹੜੇ ਹੁਣ ਹੋ ਗਿਆ 5:30 ਮਸਾਲਾ ਮੁਕਾਉਣੇ ਆ ਅਤੇ ਟੀਅਰ ਕੱਟਣਗੇ, ਇਹੀ 2-3 ਕੱਟੇ ਨੇ ਅਤੇ ਮੁੜ ਕੇ ਫਿਰ ਇੱਦਾਂ ਹੀ ਗਰੈਂਡਰ ਸਵਾਦ ਜਵਾਬ ਦੇਣਗੇ ਨੇ। ਅੰਦਰ ਜਮਾਤ ਹੋਣ ਲਈ ਕਿ ਅਸੀਂ ਬਾਹਰ ਕੰਮ 'ਤੇ ਆਏ ਹਾਂ, ਮੈਂ ਨਮਾਜ਼ਾਂ ਸ਼ੁਰੂ ਕੀਤੀਆਂ, ਅਲਹਮਦੁਲਿਲਾ ਨਮਾਜ਼ਾਂ ਪੜ੍ਹੀ ਹੈ, ਲੇਕਿਨ ਇਹ ਕੰਮ ਕਰਕੇ ਤੇ ਬਾਅਦ 'ਚ ਜਾਂਦੇ ਜਾਂਦੇ ਨਾ, ਜਦੋਂ ਛੁੱਟੀ ਕਰੀ ਦੀ ਉਦੋਂ ਅਸਰ ਦੀ ਮੈਂ ਪੜ੍ਹ ਲੈਂਦਾ ਹੁੰਦਾ ਜਾਂਦਾ ਹੁੰਦਾ। ਲੋਹਰ ਜੀ ਦੇ ਵੇਲੇ 'ਤੇ ਆਪਾਂ ਘਰ ਹੁੰਦੇ ਹਾਂ, ਕਦੀ ਘਰ ਪਾਉਣੇ ਨੇ ਕਦੀ ਇੱਥੇ ਪਾਉਣੇ ਨੇ। ਬਾਬਾ ਕਰੇ ਸੀ
ਦੋਸਤੋ ਕੰਮ ਸਾਡਾ ਗਿਆ ਮੁੱਕ, ਕਰ ਲਈ ਅਸੀਂ ਛੁੱਟੀ ਅਲਹਮਦੁਲਿਲਾ। ਇਹ ਜਿਹੜੇ ਹਨ ਤਿੰਨ ਪੀਸ, ਉਹ ਦਿੱਤੇ ਨੇ ਪਲਸਤਰ ਕਰ, ਇੱਕ ਇਹ ਵੀ ਪੀਸ, ਦੂਸਰਾ ਇਹ ਵੀ, ਅਤੇ ਤੀਸਰਾ ਉਹ ਵੀ ਪੀਸ। ਇਹ ਸਾਰੇ ਤਿੰਨੇ ਪੀਸ ਪਲਸਤਰ ਕਰਨ ਤੋਂ ਬਾਅਦ ਮੈਂ ਪੜ੍ਹੀ ਇਹ ਅਸਰ ਦੀ ਨਮਾਜ਼, ਅਤੇ ਜਿਹੜਾ ਮਸਾਲਾ ਸੀ ਸਾਡੇ ਕੋਲ ਕੜਾਹੀ ਬਚ ਗਿਆ ਸੀ, ਉਹ ਕਿੱਥੇ ਲਾ ਕੇ ਮੁਕਾਇਆ ਤੁਹਾਨੂੰ ਇਹ ਦੇਖੋ। ਦਰਮਿਆਨ ਵਾਲੇ ਪੀਸ ਨੂੰ ਅੰਦਰਲੇ ਪਾਸੇ ਥੋੜ੍ਹਾ ਜਿਹਾ ਕੜਾਹੀ ਇੱਕ ਦੇ ਨਾਲ ਜਿੰਨੀ ਕੁ ਜਗ੍ਹਾ ਨਿਕਲਦੀ ਉਹ ਲਾ ਕੇ ਨਿਬੇੜਾ ਕਰਤਾ, ਯਾਨੀ ਕਿ ਆਪਣਾ ਮਸਾਲਾ ਜਿਹੜਾ ਖਤਮ ਕਰਤਾ। ਇਹ ਪੌੜੀ ਦੀ ਸੂਰਤ ਹਾਲ ਹੈ ਕੁਛ, ਯਾਨੀ ਕਿ ਸਾਰੀ ਢੱਠ ਟੁੱਟ ਗਈ ਅਲਹਮਦੁਲਿਲਾ। ਆਹ ਸੁਬਹਾ ਮੁਰੰਮਤਾਂ ਸ਼ਰਮਤਾਂ ਲਾਵਾਂਗੇ, ਆਹ ਵੀ ਛੱਤ ਬੰਦ ਕਰਾਂਗੇ, ਅੰਦਰਲੇ ਪਾਸੇ ਜਿੰਨਾ ਵੀ ਆ ਪਲਸਤਰ ਪਲੂਸਤਰ ਧਾਰਾਂ ਵਗੈਰਾ ਇਹ ਸਾਰੀਆਂ ਪੀਆਂ ਇਨਸ਼ਾਅੱਲਾ। ਅਤੇ ਆਹ ਮਲਬਾ ਮਲਬਾ ਸਾਰਾ ਚੁੱਕਵਾ ਕੇ ਸੁਬਹਾ ਇਨਸ਼ਾਅੱਲਾ ਬਾਹਰ ਸਟਾਵਾਂਗੇ। ਇਹਨਾਂ ਨੇ ਬਕਾਇਆ ਮਜ਼ਦੂਰਾਂ ਨੇ ਸਾਰੀ ਸਫਾਈ ਸਫੂਈ ਕਰਤੀ, ਅਤੇ ਛੁੱਟੀ ਦਾ ਇਰਾਦਾ ਬਣ ਗਿਆ ਇਹਨਾਂ ਦਾ ਵੀ। ਅਤੇ ਜਿਹੜਾ ਆਪਣਾ ਸੀੜੀ ਦੇ ਉੱਤੇ ਲੱਗਣ ਦੀ ਗ੍ਰਿਲ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਮੁਕੰਮਲ ਹੋਈ ਅਤੇ ਸੁਬਹਾ ਵੇਖੋਗੇ ਅਗਲੇ ਬਲੋਗ 'ਚ, ਲੇਕਿਨ ਹੁਣ ਜਿਹੜੇ ਜਿੰਨੀ ਕੁ ਹੋ ਗਈ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ। ਇਹ ਦੇਖੋ ਮਾਸ਼ਾਅੱਲਾ ਤਬਾਰਕ ਅੱਲਾ, ਕਿਆ ਬਾਤ ਹੈ ਜੀ। ਰਾਵਲ ਗੋਲ ਲੱਗ ਕੇ ਅਤੇ ਜਨਾਬ ਵਾਲੀ ਇੱਥੇ ਕੱਸੀ ਗਈ ਹੈ ਇੱਦਾਂ ਨੂੰ ਇਸ ਤਰ੍ਹਾਂ ਕੱਸੇ ਦੀ ਤਾਨ, ਕਿਆ ਬਾਤ ਮਾਸ਼ਾਅੱਲਾ ਤਬਾਰਕ ਅੱਲਾ। ਇਹ ਹੁਣ ਸੁਬਹਾ ਫਾਈਨਲ ਹੋਏਗੀ, ਫਿਰ ਤੁਹਾਨੂੰ ਦਿਖਾਵਾਂਗੇ ਸੁਬਹਾ ਦੇ ਬਲੋਗ 'ਚ। ਫਿਲਹਾਲ ਤਾਂ ਹੁਣ ਹੋ ਗਏ ਨੇ 6:30 ਅਤੇ ਅਸੀਂ ਜਾਂਦੇ ਪਏ ਹਾਂ ਛੁੱਟੀ ਕਰਕੇ। ਠੀਕ ਹੈ ਦੋਸਤੋ, ਅੱਜ ਦੇ ਵਲੋਗ ਦਾ ਇੱਥੇ ਐਂਡ ਕਰੀਏ। ਜ਼ਿੰਦਗੀ ਤੰਦਰੁਸਤੀ ਲਈ ਫਿਰ ਮਿਲਦੇ ਹਾਂ ਤੁਹਾਡੇ ਨਾਲ ਕੱਲ੍ਹ ਨੂੰ ਅਗਲੇ ਵਲੋਗ 'ਚ। ਅਗਲੇ ਵਲੋਗ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ ਦੀ ਯਾਦ ਰੱਖਿਓ, ਬਹੁਤ ਸਾਰਾ ਪਿਆਰ, ਅੱਲਾਹ ਹਾਫਿਜ਼। ਸਾਰੇ ਤੁਹਾਨੂੰ ਕਿਹਾ ਛੁੱਟੀ ਹੈ ਤਾਂ ਸਾਰੇ ਵੀ ਕਹਿੰਦੇ ਨਹੀਂ ਰਹੋ ਰਾਤ।